जस्ट पंजाबी देखते हुए सारे दर्शकों मेरे वालों प्यार भरी सत श्री अकाल। तुहाडा स्वागत प्रोग्राम लॉ गाइड लाइव दे विच सारी तुहाडे लीगल मसलियां नूं लैके इस प्रोग्राम दे विच विषय डिस्कस हुंदे ते ऑफ कोर्स जिथे लॉ गाइड की गल आती है साडे नाल जुड़े हन साडे एस्टीम्ड गैसट जसप्रीत सिंह अटॉर्नी एट लॉ जॉइनिंग अस फ्रॉम कैलिफोर्निया। जसप्रीत जी तुहानूं प्रोग्राम दे विच स्वागत सत श्री अकाल। सत श्री अकाल जी, गुड टू हैव यू जसप्रीत जी। सब तो पहले मैं तुहाडे तों पुछना चाहवांगी वंस अगैन, तुसी सानू कैलिफोर्निया तो ज्वाइन कर रहे हो, जिस एरिया च तुसी हैगे जो वाइल्ड फायर्स चल रही हैं तुहानू कोई उस चीज़ दा ज़्यादा नैगेटिव इम्पैक्ट तो नहीं हो रहा? आई होप यू आर डूइंग वेल। नहीं उहदा कोई नहीं जी, बिल्कुल ठीक है, साडे तो दूर ने उह, पर अजे इदां वी स्काई काफी स्मोकी, हवा अनहेल्थी है, पर उस तरह सारा कुछ ठीक है जी। जी जी जी, गुड, दैट्स गुड टू हियर। जसप्रीत जी, ऑफ कोर्स तुसी लीगल फील्ड दे विच किन्ने सालां तो इस कंट्री दे विच एक एक्सपर्ट तौर ते काम कर रहे हो, तुहाडे ऑफिसेज नेशन वाइड न्यूयॉर्क कैलिफोर्निया ऑल ओवर द प्लेस क्लाइंट्स नू सर्व करदे आ, खास करके जिते इमीग्रेशन की गल आती है। सो लैट्स स्टार्ट विद दैट, इमीग्रेशन नू लैके वक्त वक्त तुसी अपडेट साडे नाल लगातार शेयर करदे हो, तो मैं अज भी चाहवांगी इमीग्रेशन नू लैके की कुछ अपडेट्स हैगियां व्यूअर्स लई। इमीग्रेशन नूं लैके दो तीन अपडेट्स ने, एक तां जिहड़ा आपां समय समय सिर दसदे रहिंदे आ कि इमीग्रेशन दी जिहड़ियां कोर्ट्स हैगियां उहदियां हियरिंग्स जिहड़ियां पोस्टपोन हो रहियां सी, उह हुण सैन फ्रांसिस्को ते सैक्रामेंटो दी जिहड़ी इमीग्रेशन कोर्ट आ उह 28 सितंबर तों हो रही आ, ते उह हुण 28 सितंबर तों ओपन होण करके उहनां दा जिहड़ा हैगा उह उस तों बाद डेट्स वगैरह आउणगियां। ਤੇ ਅਜੇ ਨਿਊਯਾਰਕ ਦੀ ਜਿਹੜੀਆਂ ਕੋਰਟਸ ਹੈਗੀਆਂ 26 ਫੈਡਰਲ ਪਲਾਜ਼ਾ ਤੇ ਵੈਰਿਕ ਸਟਰੀਟ ਵਗੈਰਾ ਉਹ ਅਜੇ ਨਹੀਂ ਖੁੱਲੀਆਂ, ਪਰ ਬਾਕੀ ਤਕਰੀਬਨ ਕੈਲੀਫੋਰਨੀਆ ਦੀਆਂ ਖੁੱਲ ਗਈਆਂ, ਜਿਵੇਂ ਲਾਸ ਏਂਜਲਸ ਦੀਆਂ 21 ਤੋਂ ਆ ਤੇ ਸੈਨ ਫ੍ਰਾਂਸਿਸਕੋ ਤੇ ਸੈਕਰਾਮੈਂਟੋ ਦੀਆਂ 28 ਤੋਂ ਆ। ਇਹਦੇ ਨਾਲ ਨਾਲ ਸ਼ਿਕਾਗੋ ਵਗੈਰਾ ਪਹਿਲਾਂ ਹੀ ਖੁੱਲੀਆਂ, ਸ਼ਿਕਾਗੋ, ਡਿਟਰੋਇਟ ਤੇ ਨਿਊਯਾਰਕ, ਨਿਊਜਰਸੀ, ਤੇ ਹੁਣ ਸਿਰਫ ਇਹ ਆ ਵੀ ਦੇਖਦੇ ਹਾਂ ਨਿਊਯਾਰਕ ਕਦੋਂ ਖੁੱਲਦੀ ਹੈ, ਮੇਰੇ ਖਿਆਲ 2 ਅਕਤੂਬਰ ਤੋਂ ਜਾਂ ਉਸ ਤੋਂ ਬਾਅਦ ਖੁੱਲੇਗੀ। ਤੇ ਅਜੇ ਮਤਲਬ ਕੈਲੀਫੋਰਨੀਆ ਦੀਆਂ ਖੁੱਲ ਗਈਆਂ, ਇੱਕ ਤਾਂ ਇਹ ਅਪਡੇਟ ਆ ਜੀ। ਤੇ ਦੂਸਰੀ ਅਪਡੇਟ ਆ ਵੀ ਜਿਹੜੀਆਂ ਮਾਸਟਰ ਹੀਅਰਿੰਗਸ ਵਗੈਰਾ ਹੁੰਦੀਆਂ ਉਹਨਾਂ ਦੀਆਂ ਡੇਟਾਂ ਦੇ ਰਹੇ, ਜ਼ਿਆਦਾ ਜਿਹੜੀਆਂ ਇੰਡੀਵਿਜੁਅਲ ਫਾਈਨਲ ਨੇ ਉਹ ਕਰ ਰਹੇ ਨੇ ਜੱਜ, ਤੇ ਜਿਹੜੀਆਂ ਮਾਸਟਰ ਹੀਅਰਿੰਗ ਡੇਟਸ ਨੇ ਸਾਰੇ ਪਾਸੇ ਉਹਨਾਂ ਦੀਆਂ ਇਹ ਅਡਜਰਨ ਹੀ ਕਰ ਰਹੇ ਆ ਮੋਸਟਲੀ ਉਹਨਾਂ ਨੂੰ, ਚਾਹੇ ਖੁੱਲ ਵੀ ਗਈਆਂ ਕੋਰਟਸ। ਤੇ ਇਹਦੇ ਨਾਲ ਨਾਲ ਇੱਕ ਹੋਰ ਜਿਹੜੀ ਇੰਪੋਰਟੈਂਟ ਅਪਡੇਟ ਹੈਗੀ ਆ ਉਹ ਇਹ ਹੈਗੀ ਆ ਇਮੀਗ੍ਰੇਸ਼ਨ ਦੀ ਜੀ, ਕਿ ਇਮੀਗ੍ਰੇਸ਼ਨ ਦਾ ਜਿਹੜਾ ਮਤਲਬ ਪਿੱਛੇ ਆਪਾਂ ਗੱਲ ਕੀਤੀ ਸੀ ਕਿ ਇਹਨਾਂ ਨੇ ਜਿਹੜੇ ਸੈਲਮ ਵਾਲਿਆਂ ਦੇ ਰੂਲ ਬਣਾਏ ਸੀਗੇ ਕਿ ਵਰਕ ਆਥੋਰਾਈਜੇਸ਼ਨ ਉਹ 6 ਮਹੀਨੇ ਦੀ ਹੁਣ ਸਾਲ ਬਾਅਦ ਮਿਲੇਗਾ, ਤੇ ਇਹਨਾਂ ਨੇ ਮਤਲਬ ਇਸ ਐਡਮਿਨਿਸਟ੍ਰੇਸ਼ਨ ਨੇ ਮਤਲਬ 25 ਅਗਸਤ ਤੋਂ ਇਹ ਰੂਲ ਬਣਾਇਆ ਸੀਗਾ ਕਿ ਜਿਹੜੇ ਬੰਦੇ ਹੁਣ ਵਰਕ ਪਰਮਿਟ ਇਸ ਤੋਂ ਬਾਅਦ ਅਪਲਾਈ ਕਰਨਗੇ ਉਹਨਾਂ ਨੂੰ 1 ਸਾਲ ਬਾਅਦ ਮਿਲੇਗਾ, ਪਹਿਲਾਂ 6 ਮਹੀਨੇ ਬਾਅਦ ਮਿਲਦਾ ਸੀ ਵਰਕ ਆਥੋਰਾਈਜੇਸ਼ਨ, ਤੇ ਉਹ ਜਿਹੜਾ ਹੈਗਾ ਰੂਲ ਉਹ ਕੋਰਟ ਨੇ ਸਟੇਅ ਕਰ ਦਿੱਤਾ ਫਰਾਈਡੇ, ਇੱਕ ਵਾਸ਼ਿੰਗਟਨ ਡੀਸੀ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸੀ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਰੂਲ ਹੈ ਇਹ ਇਸ਼ੂ ਕਰਨ ਦੀ ਜਿਹੜਾ ਇਹਨਾਂ ਦਾ ਹੋਮਲੈਂਡ ਸਿਕਿਉਰਿਟੀ ਦਾ ਐਕਟਿੰਗ ਹੈਗਾ ਸੈਕਟਰੀ, ਉਹ ਕਹਿੰਦੇ ਉਹਦੇ ਕੋਲ ਪਾਵਰ ਹੀ ਹੈ ਨਹੀਂ ਇਸ਼ੂ ਕਰਨ ਦੀ, ਉਹਦੀ ਅਪਾਇੰਟਮੈਂਟ ਹੀ ਗਲਤ ਹੋਈ ਆ, ਉਹਦੀ ਜਿਹੜੀ ਅਪਾਇੰਟਮੈਂਟ ਕੀਤੀ ਗਈ ਆ ਉਹ ਰੂਲਸ ਦੇ ਮੁਤਾਬਕ ਨਹੀਂ ਕੀਤੀ ਗਈ, ਤੇ ਕੋਰਟ ਨੇ ਕਿਹਾ ਕਿਉਂਕਿ ਉਹਦੀ ਅਪਾਇੰਟਮੈਂਟ ਹੀ ਗਲਤ ਆ, ਉਸ ਕਰਕੇ ਜਿਹੜੇ ਉਹਨੇ ਆ ਸਾਰੇ ਸੈਲਮ ਦੇ ਵਿੱਚ ਜਾਂ ਹੋਰ ਚੇਂਜਸ ਕੀਤੀਆਂ ਨੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਇਹਦੇ ਕੋਲ ਅਥਾਰਟੀ ਨਹੀਂ ਹੈਗੀ, ਤਾਂ ਉਹਨਾਂ ਨੇ ਸਟੇਅ ਕਰ ਦਿੱਤੀਆਂ ਆਲਰੇਡੀ। ਨਾਲੇ ਕੋਰਟ ਨੇ ਇਹ ਵੀ ਕਿਹਾ ਵੀ ਇਹ ਅਨਡਿਊ ਬਰਡਨ ਹੈਗਾ ਸੈਲਮ ਵਾਲਿਆਂ ਤੇ ਵੀ, ਜਿਹਨੇ ਕੋਈ ਕੇਸ ਅਪਲਾਈ ਕੀਤਾ ਉਹ 1 ਸਾਲ ਕਿਉਂ ਵੇਟ ਕਰੇ ਵਰਕ ਆਥੋਰਾਈਜੇਸ਼ਨ ਲਈ, ਤੇ ਉਹ ਹੁਣ ਪੁਰਾਣੇ ਵਾਲੀ ਪੋਜੀਸ਼ਨ ਫਿਰ ਦੁਬਾਰਾ ਹੋ ਜਾਏਗੀ ਵੀ ਉਹ 6 ਮਹੀਨੇ ਵਾਲਾ ਉਹ ਸਾਲ ਦਾ ਸਟੇਅ ਕਰ ਦਿੱਤਾ। ਤੇ ਇੱਕ ਲਾਅ ਸੂਟ ਹੋਰ ਆ ਜਿਹੜਾ ਜਿਹੜੀਆਂ ਫੀਸਾਂ ਵਧਾ ਰਹੀ ਹੈ ਇਮੀਗ੍ਰੇਸ਼ਨ 2 ਅਕਤੂਬਰ ਤੋਂ ਉਹਦੇ ਤੇ ਹੋ ਰਿਹਾ, ਤੇ ਉਹ ਚ ਵੀ ਦੇਖਦੇ ਆ ਹੁਣ ਅਗਲੇ ਹਫ਼ਤੇ 10 ਦਿਨ ਤੱਕ ਕੀ ਆਉਂਦਾ। ਉਹਨਾਂ ਦਾ ਵੀ ਗਰਾਊਂਡ ਸੇਮ ਹੀ ਆ ਕਿ ਜਿਹੜਾ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਆ ਇਹਦੇ ਕੋਲ ਪਾਵਰ ਨਹੀਂ ਹੈਗੀ ਕਿਉਂਕਿ ਐਕਟਿੰਗ ਆ ਇਹਦੀ ਅਪਾਇੰਟਮੈਂਟ ਠੀਕ ਨਹੀਂ ਹੈਗੀ, ਤੇ ਉਹ ਜੇ ਉਹੀ ਸੇਮ ਗਰਾਊਂਡ ਉਹ ਕੋਰਟ ਨੇ ਮੰਨਿਆ ਤਾਂ ਹੋ ਸਕਦਾ ਵੀ ਜਿਹੜੀਆਂ ਫੀਸਿਸ ਵੱਧ ਰਹੀਆਂ ਨੇ 2 ਅਕਤੂਬਰ ਤੋਂ ਉਹ ਵੀ ਸਟੇ ਹੋ ਜਾਵੇ ਜੀ, ਉਹ ਵੀ ਲੱਗਦਾ ਜੀ। ਸੋ ਇਹ ਆਈ ਥਿੰਕ ਕਾਫੀ ਐਟਲੀਸਟ ਟੈਂਪਰੇਰੀਲੀ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਵਿਨ ਹੈਗੀ ਇਮੀਗ੍ਰੇਸ਼ਨ ਲਈ, ਕਾਫੀ ਇਸ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਇਮੀਗ੍ਰੇਸ਼ਨ ਦੇ ਖਿਲਾਫ ਮੂਵਮੈਂਟ ਵੇਖਣ ਨੂੰ ਮਿਲ ਰਹੀ ਹੈ, ਬਟ ਉਹਦੇ ਖਿਲਾਫ ਇੱਕ ਰਿਜ਼ਿਸਟੈਂਸ ਵੀ ਪੈਦਾ ਹੋ ਰਹੀ ਹੈ, ਇਨ ਦ ਸੈਂਸ ਦੈਟ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਕੋਰਟਸ ਨੇ ਕੁਛ ਚੀਜ਼ਾਂ ਨੂੰ ਇਮੀਗ੍ਰੇਸ਼ਨ ਦੀ ਸਾਈਡ ਲੈ ਕੇ ਪ੍ਰੋਟੈਕਟ ਕੀਤਾ, ਸੋ ਦਿਸ ਇਜ਼ ਅ ਗੁੱਡ ਥਿੰਗ। ਜਸਪ੍ਰੀਤ
ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਤੋਂ ਲੈ ਕੇ ਨਵੰਬਰ ਤੱਕ ਖਾਸ ਕਰਕੇ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਸਾਨੂੰ ਕੋਈ ਹੋਰ ਵੱਡੇ ਚੇਂਜਸ ਐਕਸਪੈਕਟ ਕਰਨੇ ਚਾਹੀਦੇ ਔਰ ਯੂ ਥਿੰਕ ਕਿ ਇਸ ਵੇਲੇ ਉਹ ਚੀਜ਼ 'ਤੇ ਜ਼ਿਆਦਾ ਹੁਣ ਚੇਂਜਸ ਨਹੀਂ ਆਉਣਗੇ ਇਸ ਸਮੇਂ ਦੇ ਵਿੱਚ ਦੇਖੋ ਹੈ ਤਾਂ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਅਨਪ੍ਰੈਡਿਕਟੇਬਲ ਹੈ ਇਹ ਮਤਲਬ ਕੁਛ ਵੀ ਕਰ ਸਕਦੇ ਆ ਪਰ ਉੱਦਾਂ ਲੱਗਦਾ ਵੀ ਹੁਣ ਚੇਂਜਸ ਨਹੀਂ ਆਉਣਗੀਆਂ ਕਿਉਂਕਿ ਟਾਈਮ ਘੱਟ ਰਹਿ ਗਿਆ ਹੁਣ ਇਲੈਕਸ਼ਨ ਦਾ ਹੀ ਟਾਈਮ ਹੈ ਤੇ ਜਿਹੜੇ ਹੁਣ ਆ ਦੋ ਇਹਨਾਂ ਨੇ ਜਿਹੜੀਆਂ ਮੇਜਰ ਚੇਂਜਸ ਕੀਤੀਆਂ ਸੀ ਇੱਕ ਤਾਂ ਫੀਸਿਸ ਵਧਾਈਆਂ ਇਮੀਗ੍ਰੇਸ਼ਨ ਦੀਆਂ ਤੇ ਇੱਕ ਜਿਹੜਾ ਅਸਾਈਲਮ ਵਾਲਿਆਂ ਦੇ ਆ ਰੂਲਸ ਚੇਂਜ ਕੀਤੇ ਸੀਗੇ ਵਰਕ ਪਰਮਿਟ ਸਾਲ ਬਾਅਦ ਮਿਲੂਗਾ ਤੇ ਅੱਗੇ ਹੁੰਦਾ ਸੀ ਵੀ ਜਿਹੜੀ ਵਰਕ ਆਥੋਰਾਈਜੇਸ਼ਨ ਆ ਵਿਦਿਨ 1 ਮੰਥ ਡਿਸਾਈਡ ਕਰਨਾ ਪੈਂਦਾ ਸੀ ਗਵਰਨਮੈਂਟ ਨੂੰ ਵੀ ਦੇਣਾ ਕਿ ਨਹੀਂ ਦੇਣਾ ਉਹ ਵੀ ਇਹਨਾਂ ਨੇ ਕਹਿਤਾ ਸੀ ਵੀ ਅਸੀਂ 6 ਮਹੀਨੇ ਵੀ ਲਾ ਸਕਦੇ ਹਾਂ ਡਿਸਾਈਡ ਕਰਨ ਲਈ ਉਹ ਵੀ ਕੋਰਟ ਨੇ ਤੋੜਤਾ ਉਹਨੇ ਕਿਹਾ ਵੀ ਵਿਦਿਨ 1 ਮੰਥ ਤੁਸੀਂ ਡਿਸਾਈਡ ਕਰੋ ਤੇ ਉਹ ਗਲਤ ਆ ਤੇ ਇਹ ਜਿਹੜੇ ਮਤਲਬ ਤੇ ਇਹਦੇ ਤੇ ਹੁਣ ਜਿਹੜੀਆਂ ਕੋਰਟਸ ਨੇ ਉਹਨਾਂ ਦਾ ਜਿਹੜਾ ਰੁੱਖ ਹੈ ਉਹ ਬੜਾ ਸਖ਼ਤ ਹੈ ਉਹ ਇਸ ਕਰਕੇ ਆ ਮੋਸਟਲੀ ਕਿ ਜਿਹੜੀ ਅਪੁਆਇੰਟਮੈਂਟ ਹੋਈ ਆ ਐਕਟਿੰਗ ਸੈਕਟਰੀ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦਾ ਉਹ ਕੋਰਟਸ ਕਹਿ ਰਹੇ ਆ ਵੀ ਉਹ ਗਲਤ ਹੋਈ ਆ ਉਹ ਜਿਹੜੇ ਰੂਲਸ ਪ੍ਰੋਪਰ ਫੋਲੋ ਨਹੀਂ ਕੀਤੇ ਗਏ ਇੱਕ ਰੂਲਸ ਨੇ ਕਿ ਕਿਹਨੂੰ ਅਪੁਆਇੰਟ ਕੀਤਾ ਜਾ ਸਕਦਾ ਕਿੱਦਾਂ ਕੀਤਾ ਜਾ ਸਕਦਾ ਉਹ ਰੂਲਸ ਫੋਲੋ ਨਹੀਂ ਹੋਏ ਤੇ ਉਹਦੇ ਕਰਕੇ ਅਪੁਆਇੰਟਮੈਂਟ ਗਲਤ ਨਾਲ ਜਿਹੜਾ ਐਕਟਿੰਗ ਸੈਕਟਰੀ ਆ ਉਹ ਫੁੱਲ ਸੈਕਟਰੀ ਨਹੀਂ ਹੈਗਾ ਇਸ ਕਰਕੇ ਉਹਦੇ ਕੋਲ ਕੋਈ ਚੇਂਜਸ ਕਰਨ ਦੀ ਜਾਂ ਕੋਈ ਨਵੇਂ ਰੂਲਸ ਬਣਾਉਣ ਦੀ ਜਿਹੜੀ ਲੀਗਲ ਅਥਾਰਟੀ ਨਹੀਂ ਹੈਗੀ ਇਹ ਕਹਿ ਰਹੀ ਹੈ ਕੋਰਟ ਸੋ ਇਸ ਕਰਕੇ ਉਹ ਕੋਰਟਸ ਦੇ ਵਿੱਚ ਟੁੱਟਣਗੇ ਬਾਕੀ ਨਵੀਆਂ ਚੇਂਜਸ ਅਜੇ ਆਉਣ ਦੀ ਕੋਈ ਉਮੀਦ ਤਾਂ ਨਹੀਂ ਹੈਗੀ ਪਰ ਪਤਾ ਕੋਈ ਨਹੀਂ ਕੋਈ ਇਹ ਲਾਸਟ ਮੂਮੈਂਟ ਤੇ ਕੋਈ ਹੋਰ ਇਮੀਗ੍ਰੇਸ਼ਨ ਮਤਲਬ ਬਾਰੇ ਕਰ ਵੀ ਸਕਦੇ ਆ ਪਰ ਟਾਈਮ ਘੱਟ ਆ ਹੁਣ ਜੀ ਜੀ ਐਂਡ ਇਟਸ ਇੰਟਰਸਟਿੰਗ ਬਿਕੋਜ਼ ਜਿੱਥੇ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਆਫਕੋਰਸ ਸਾਡੀ ਕਮਿਊਨਿਟੀ ਇੱਕ ਬਹੁਤ ਵੱਡਾ ਇਹ ਮਸਲਾ ਹੈ ਬਟ ਇਸ ਕੰਟਰੀ ਦੇ ਵਿੱਚ ਇਮੀਗ੍ਰੇਸ਼ਨ ਜ਼ਿਆਦਾਤਰ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਅਫੈਕਟ ਕਰਦੀ ਹੈ ਉਹ ਲੈਟੀਨੋ ਕਮਿਊਨਿਟੀ ਹੈ ਜੋ ਹਿਸਪੈਨਿਕਸ ਹੁੰਦੇ ਉਹਨਾਂ ਨੂੰ ਬਹੁਤ ਹੀ ਵੱਡੀ ਲੈਵਲ 'ਤੇ ਅਫੈਕਟ ਕਰਦੀ ਹੈ ਅਤੇ ਇਸ ਸਾਲ ਖਾਸ ਕਰਕੇ ਕੁਝ ਰਿਪੋਰਟਸ ਕਹਿ ਰਹੀਆਂ ਕਿ ਜੋ ਲੈਟੀਨੋ ਵੋਟਰਸ ਹਨ ਇੱਕ ਮਾਈਨੋਰਿਟੀ ਗਰੁੱਪ ਵਿੱਚੋਂ ਉਹ ਸਭ ਤੋਂ ਵੱਧ ਨੰਬਰਸ ਵਿੱਚ ਵੋਟ ਕਰ ਸਕਦੇ ਸੋ ਲੈਟਸ ਸੀ ਕਿਸ ਤਰ੍ਹਾਂ ਇਹ ਚੀਜ਼ ਡਿਵੈਲਪ ਹੁੰਦੀ ਹੈ ਜਿੱਥੇ ਇਲੈਕਸ਼ਨ ਦੀ ਗੱਲ ਆਉਂਦੀ ਹੈ ਜਸਪ੍ਰੀਤ ਜੀ ਮੈਂ ਜ਼ਰੂਰ ਤੁਹਾਡੇ ਕੁਝ ਕਮੈਂਟਸ ਲੈਣਾ ਚਾਹਾਂਗੀ ਪਿਛਲੇ ਹਫ਼ਤੇ 'ਚ ਹੀ ਐਜ਼ ਪਰ ਯੂਜੂਅਲ ਇੰਨੀ ਵੱਡੀ ਵੱਡੀ ਹੈਡਲਾਈਨਸ ਨਿਕਲੀਆਂ ਖਾਸ ਕਰਕੇ ਇੱਕ ਕਿਤਾਬ ਬਾਰੇ ਰਿਟਨ ਬਾਏ ਏ ਮਿਸਟਰ ਬਾਬ ਵੁੱਡਵਰਡ ਆਪਾਂ ਪਹਿਲੇ ਵੀ ਵਿਊਅਰਸ ਦੇ ਨਾਲ ਥੋੜ੍ਹੀ ਜਿਹੀ ਇਸ ਚੀਜ਼ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ ਜਸਪ੍ਰੀਤ ਜੀ ਬਾਬ ਵੁੱਡਵਰਡ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ ਪ੍ਰੈਜ਼ੀਡੈਂਟ ਟਰੰਪ ਬਾਰੇ ਜੋ ਐਕਚੁਲੀ ਅੱਜ ਰਿਲੀਜ਼ ਹੋ ਰਹੀ ਹੈ ਸਪਤੰਬਰ 15 ਤਰੀਕ ਨੂੰ ਉਹਦੇ ਕੁਛ ਆਡੀਓ ਰਿਕਾਰਡਿੰਗਸ ਪਿਛਲੇ ਹਫ਼ਤੇ ਰਿਲੀਜ਼ ਹੋਏ ਸੀ ਐਂਡ ਉਹ ਕਾਫੀ ਕੰਟਰੋਵਰਸ਼ਲ ਸੀ ਉਹਨ ਰਿਕਾਰਡਿੰਗਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਬਾਬ ਵੁੱਡਵਰਡ ਨੂੰ ਇੰਟਰਵਿਊ ਦੇ ਵਿੱਚ ਕਾਫੀ ਚੀਜ਼ਾਂ ਕਹੀਆਂ ਸਭ ਤੋਂ ਪਹਿਲੇ ਮੈਂ ਚਾਹਾਂਗੀ ਤੁਸੀਂ ਵਿਊਅਰਸ ਨੂੰ ਦੱਸੋ ਕਿ ਬਾਬ ਵੁੱਡਵਰਡ ਕੋਈ ਇਹੋ ਜਿਹਾ ਹੀ ਆਥਰ ਹੈ ਜਾਂ ਕਿਉਂ ਉਹਦੀ ਇਹ ਕਿਤਾਬ ਇੰਨਾ ਕੁ ਮਾਇਨੇ ਰੱਖਦੀ ਹੈ ਉਹਦੇ ਪਿੱਛੇ ਕਈ ਕਾਰਨ ਨੇ ਸ਼ਮੀਤਾ ਜੀ ਇੱਕ ਤਾਂ ਇਹ ਆ ਕਿ ਬਾਬ ਵੁੱਡਵਰਡ ਜਿਹੜੇ ਨੇ ਉਹਨਾਂ ਦਾ ਲੈਜੈਂਡ ਦਾ ਸਟੇਟਸ ਹੈਗਾ ਜਰਨਲਿਜ਼ਮ ਦੀ ਫੀਲਡ ਦੇ ਵਿੱਚ ਜਿਹੜੇ ਬੰਦੇ ਇੱਥੇ ਅਮਰੀਕਾ ਦੇ ਵਿੱਚ ਜਰਨਲਿਜ਼ਮ ਨਾਲ ਸੰਬੰਧਿਤ ਕਾਲਜਾਂ ਯੂਨੀਵਰਸਿਟੀਆਂ 'ਚ ਗਏ ਆ ਜਾਂ ਕੋਈ ਡਿਗਰੀ ਕੀਤੀ ਆ ਉਹਨਾਂ ਨੂੰ ਪਤਾ ਕਿ ਬਾਬ ਵੁੱਡਵਰਡ ਕੌਣ ਆ ਇਹ ਜਿਹੜਾ ਪ੍ਰੈਜ਼ੀਡੈਂਟ ਨਿਕਸਨ ਦਾ ਸਕੈਂਡਲ ਸੀਗਾ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਮਤਲਬ ਕੰਮ ਸੀਗਾ ਉਹਨੂੰ ਬੜਾ ਲੈਜੈਂਡਰੀ ਮੰਨਿਆ ਜਾਂਦਾ ਤੇ ਇਹ ਹੁਣ ਵਾਸ਼ਿੰਗਟਨ ਪੋਸਟ ਅਖਬਾਰ ਨਾਲ ਸੰਬੰਧਿਤ ਨੇ ਤੇ ਇਹਨਾਂ ਦੀ ਜਿਹੜੀ ਕਿਤਾਬ ਹੈ ਇੱਕ ਤਾਂ ਇਹ ਕਾਰਨ ਆ ਦੂਸਰਾ ਕਾਰਨ ਹੈ ਕਿ ਜਿਹੜੀ ਕਿਤਾਬ ਆ ਉਹਦੇ ਵਿੱਚ ਦੋ ਤਿੰਨ ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਬੜੀਆਂ ਇੰਪੋਰਟੈਂਟ ਨੇ ਪਹਿਲਾਂ ਤਾਂ ਇਹ ਹੈਗੀ ਕਿ ਪ੍ਰੈਜ਼ੀਡੈਂਟ ਟਰੰਪ ਹੁਣ ਤੱਕ ਇਹੀ ਕਹਿੰਦੇ ਰਹੇ ਆ ਕਿ ਮੈਨੂੰ ਪਤਾ ਨਹੀਂ ਸੀ ਇਹ ਕਿੰਨਾ ਖਤਰਨਾਕ ਹੈ ਵੀ ਚਾਈਨਾ ਨੇ ਸਾਨੂੰ ਦੱਸਿਆ ਨਹੀਂ ਸਾਨੂੰ WHO ਨੇ ਨਹੀਂ ਦੱਸਿਆ ਵੀ ਇਹ ਕਿੰਨਾ ਖਤਰਨਾਕ ਹੈ ਤੇ ਉਹਨਾਂ ਨੇ ਇਹਦੇ ਕਰਕੇ WHO ਦੀ ਏਡ ਹੀ ਬੰਦ ਕਰਤੀ ਸਾਨੂੰ ਕੋਵਿਡ ਨੂੰ ਲੈ ਕੇ ਕੋਵਿਡ ਨੂੰ ਲੈ ਕੇ ਕਿ ਕੋਵਿਡ ਦਾ ਜਿਹੜਾ ਵੀ ਕਿੰਨਾ ਡੇਂਜਰਸ ਹੈ ਇਹ ਨਾ ਸਾਨੂੰ ਚਾਈਨਾ ਨੇ ਦੱਸਿਆ ਨਾ WHO ਨੇ ਦੱਸਿਆ ਤੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਇੱਥੇ ਹੋਰ ਕਾਰਵਾਈ ਕਰਦੇ ਉਹ ਗੱਲ ਨੂੰ ਜਿਹੜੀ ਬਾਬ ਵੁੱਡਵਰਡ ਦੀ ਕਿਤਾਬ ਹੈ ਉਹਨੇ ਇਹ ਗੱਲ ਪ੍ਰੂਵ ਕੀਤੀ ਹੈ ਵੀ ਇਹ ਗੱਲ ਗਲਤ ਹੈ ਕਿ ਉਹ ਜਿਹੜੀ ਵੀ ਗੱਲਬਾਤ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨਾਲ ਕੀਤੀ ਹੈ ਉਹ ਸਾਰੀ ਗੱਲਬਾਤ ਰਿਕਾਰਡਡ ਹੈਗੀ ਹੈ ਟੇਪਾਂ ਦੇ ਉੱਤੇ ਉਹ ਇਦਾਂ ਦੀ ਨਹੀਂ ਹੈਗੀ ਵੀ ਕੱਲ ਨੂੰ ਮੁਕਰ ਸਕੇ ਕੋਈ ਤੇ ਉਹਨਾਂ ਦੀ ਜਿਹੜੀ ਉਹਨਾਂ ਨਾਲ ਜਿਵੇਂ ਕਿਤਾਬ ਲਿਖਣ ਦੀ ਜਿਹੜੀ ਸ਼ੁਰੂ ਹੋਈ ਗੱਲਬਾਤ ਉਹ ਦਸੰਬਰ ਤੋਂ ਸ਼ੁਰੂ ਹੋਈ ਤੇ ਉਹ ਫਿਰ ਅਪ੍ਰੈਲ ਮਈ ਤੱਕ ਚੱਲਦੀ ਰਹੀ ਤੇ ਉਹ ਇਹ ਕਹਿ ਰਹੇ ਆ ਕਿ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਪੁੱਛਿਆ ਕੋਰੋਨਾ ਵਾਇਰਸ ਬਾਰੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਬਹੁਤ ਖਤਰਨਾਕ ਹੈ
ਜਿਹੜਾ ਆਮ ਫਲੂ ਹੁੰਦਾ ਉਹਦੀ ਹੁੰਦੀ ਆ 0.1 ਤੇ ਇਹਦੀ ਜਿਹੜੀ ਸਕੇਲ 0.5 ਹੈ ਵੀ 5 ਗੁਣਾ ਜ਼ਿਆਦਾ ਖਤਰਨਾਕ ਆ ਫਲੂ ਤੋਂ ਤੇ ਇਹ ਵੀ ਕਿਹਾ ਵੀ ਇਹ ਜਿਹੜਾ ਹੈਗਾ ਹਵਾ ਨਾਲ ਫੈਲਦਾ ਵੀ ਬੋਲਣ ਨਾਲ ਜਾਂ ਹਵਾ ਨਾਲ ਇਕੱਲਾ ਟੱਚ ਨਾਲ ਹੀ ਨਹੀਂ ਫੈਲਦਾ ਵੀ ਫਲੂ ਦਾ ਟੱਚ ਨਾਲ ਹੈ ਇਹ ਮਤਲਬ ਬੋਲਣ ਨਾਲ ਵੀ ਫੈਲਦਾ ਤੇ ਬਹੁਤ ਖਤਰਨਾਕ ਹੈ ਤੇ ਉਹਨਾਂ ਨੇ ਕਿਹਾ ਵੀ ਮੇਰੀ ਗੱਲ ਹੋਈ ਹੈਗੀ ਆ ਜਿਹੜੇ ਚਾਈਨਾ ਦੇ ਪ੍ਰੈਜੀਡੈਂਟ ਨਾਲ ਤੇ ਉਹਨੇ ਦੱਸਿਆ ਵੀ ਅਸੀਂ ਕੰਟਰੋਲ ਕਰ ਰਹੇ ਹਾਂ ਤੇ ਉਹਨੇ ਹੀ ਦੱਸਿਆ ਵੀ ਬੜਾ ਖਤਰਨਾਕ ਹੈਗਾ ਤੇ ਇਹਦੇ ਬਾਰੇ ਮਤਲਬ ਉਹ ਕਰ ਰਹੇ ਆ ਕੰਟਰੋਲ ਉਦੋਂ ਤਾਂ ਇਹੀ ਸੀਗਾ ਵੀ ਚਾਈਨਾ ਸੀਜੈਂਟਲੀ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ 2 ਵੀਕਾਂ ਬਾਅਦ ਇਹਨਾਂ ਨੂੰ ਸੰਜੇ ਗੁਪਤਾ ਜਿਹੜਾ CNN ਵਾਲੇ ਹੈਗੇ ਉਹਨਾਂ ਨੇ ਸਵਾਲ ਪੁੱਛਿਆ ਉਹਦੇ ਵਿੱਚ ਕਿ ਇਹਦੇ ਬਾਰੇ ਕੀ ਤੁਸੀਂ ਕਰ ਰਹੇ ਹੋ ਬੜਾ ਖਤਰਨਾਕ ਆ ਉਹ ਚ ਇਹਨਾਂ ਨੇ ਉਹਨੂੰ ਡਾਊਨ ਪਲੇ ਕੀਤਾ ਕਿਹਾ ਵੀ ਕੁਛ ਨੀ ਹੈਗਾ ਉਹ ਤਾਂ ਆਪਣੇ ਆਪ ਹੀ ਚੱਲ ਜੂਗਾ ਇਹਦੇ ਬਾਰੇ ਕੋਈ ਏਡੀ ਖਾਸ ਕਰਨੀ ਹੈਗੀ ਬਿਲਕੁਲ ਹੋਵੇ ਤੇ ਫਿਰ ਮਾਰਚ ਦੇ ਵਿੱਚ ਬੌਬ ਵੁੱਡਵਰਡ ਨੇ ਇਹਨਾਂ ਨੂੰ ਮਾਰਚ ਦੇ ਐਂਡ 'ਚ ਫਿਰ ਗੱਲ ਹੋਈ ਪੁੱਛਿਆ ਵੀ ਤੁਸੀਂ ਮੈਨੂੰ ਤਾਂ ਕਹਿ ਰਹੇ ਬੜਾ ਖਤਰਨਾਕ ਹੈ ਇਹਦਾ ਪੂਰਾ ਪ੍ਰਿਕੋਸ਼ਨ ਹੈ ਤੇ ਉਦਾਂ ਤੁਸੀਂ ਉੱਥੇ ਕਹੀ ਜਾਂਦੇ ਹੋ ਵੀ ਹੈ ਹੀ ਕੁਛ ਨੀਗਾ ਉਹ ਕਹਿੰਦੇ ਮੈਂ ਜਾਣ ਕੇ ਡਾਊਨ ਪਲੇ ਕੀਤਾ ਇਹਨੂੰ ਵੀ ਲੋਕਾਂ 'ਚ ਪੈਨਿਕ ਨਹੀਂ ਸੀ ਕ੍ਰੀਏਟ ਕਰਨਾ ਚਾਹੁੰਦਾ ਤੇ ਉਹਨਾਂ ਨੇ ਇਹ ਕਿਹਾ ਫਿਰ ਜਿਹੜਾ ਉਹ 'ਚ ਆਪਣੇ ਮਤਲਬ ਆਪਣੀ ਸਮਰੀ ਲਿਖੀ ਹੈ ਬੌਬ ਵੁੱਡਵਰਡ ਨੇ ਵੀ ਜੇ ਐਡਮਿਨਿਸਟ੍ਰੇਸ਼ਨ ਫਰਵਰੀ ਦਾ ਮਹੀਨਾ ਵੇਸਟ ਨਾ ਕਰਦੀ ਇੱਕ ਉਹਨਾਂ ਨੇ ਹੋਰ ਗੱਲ ਬੜੀ ਇੰਟਰਸਟਿੰਗ ਲਿਖੀ ਆ ਕਿ ਜਨਵਰੀ 28 ਜਾਂ 29 ਨੂੰ ਇਹਨਾਂ ਦੀ ਮੀਟਿੰਗ ਹੋਈ ਆਪਣੇ ਜਿਹੜੇ ਇਹਨਾਂ ਦੇ ਐਡਵਾਈਜ਼ਰਸ ਨੇ ਜਿਹੜਾ ਇਹਨਾਂ ਦਾ ਟੇਡ ਐਡਵਾਈਜ਼ਰ ਆ ਉਹਨੇ ਦੱਸਿਆ ਵੀ ਇੰਨੀ ਖਤਰਨਾਕ ਬਿਮਾਰੀ ਆ ਵੀ ਜਿਹੜਾ ਉਹ ਫਲੂ ਸੀਗਾ ਮਤਲਬ ਪੰਡੈਮਿਕ ਸੀ ਜਿਹੜਾ 1918 ਵਾਲਾ ਵੀ ਉਹਦੇ ਬਰਾਬਰ ਦਾ ਹੈ ਇਹਦੇ ਨਾਲ ਅਮਰੀਕਾ 'ਚ ਡੈਥ ਵੀ ਬਹੁਤ ਹੋਣਗੀਆਂ ਤੇ ਇਕਨੋਮੀ ਵੀ ਅਮਰੀਕਾ ਦੀ ਬਹੁਤ ਸਫ਼ਰ ਕਰੇਗੀ ਤੇ ਇਹਦੇ ਬਾਰੇ ਕੁਛ ਕਰਨਾ ਚਾਹੀਦਾ ਇਹ ਜਨਵਰੀ ਦੀ ਗੱਲ ਹੈ ਜਨਵਰੀ ਦੇ ਐਂਡ ਦੀ ਤੇ ਉਹ ਕਹਿੰਦੇ ਆ ਕਿ ਜਦੋਂ ਉਹਨੇ ਕਿਹਾ ਵੀ ਤੁਹਾਡੀ ਜਿਹੜੀ ਪ੍ਰੈਜੀਡੈਂਸੀ ਆ ਉਹਨੂੰ ਸਭ ਤੋਂ ਵੱਡਾ ਖਤਰਾ ਇਹ ਤੋਂ ਹੈਗਾ ਕੋਵਿਡ ਤੋਂ ਵੀ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਉਦੋਂ ਕਹਿੰਦੇ ਪ੍ਰੈਜੀਡੈਂਟ ਟਰੰਪ ਨੇ ਸਿਰ ਚੱਕਿਆ ਉੱਪਰ ਉਹਦੀ ਗੱਲ ਸੁਣਨ ਲਈ ਧਿਆਨ ਨਾਲ ਉਹਦੇ ਬਾਰੇ ਬੌਬ ਵੁੱਡਵਰਡ ਨੇ ਪ੍ਰੈਜੀਡੈਂਟ ਟਰੰਪ ਨੂੰ ਪੁੱਛਿਆ ਵੀ ਤੁਹਾਡੇ ਐਡਵਾਈਜ਼ਰ ਨੇ ਮੈਨੂੰ ਦੱਸਿਆ ਵੀ ਉਹਨੇ ਇਹਦੇ ਬਾਰੇ ਤੁਹਾਨੂੰ ਜਨਵਰੀ 'ਚ ਦੱਸਤਾ ਸੀ ਤੇ ਉਹ ਕਹਿੰਦੇ ਜੀ ਮੈਨੂੰ ਯਾਦ ਨਹੀਂ ਪਰ ਹਾਂ ਜੇ ਉਹ ਕਹਿੰਦਾ ਦੱਸਿਆ ਹੋਏਗਾ ਵੀ ਉਹ ਬੜਾ ਵਧੀਆ ਬੰਦਾ ਝੂਠ ਨਹੀਂ ਬੋਲ ਸਕਦਾ ਤੇ ਹੋ ਸਕਦਾ ਉਹਨੇ ਦੱਸਿਆ ਹੋਵੇ ਮੈਨੂੰ ਤੇ ਉਹਨੇ ਫਿਰ ਇਹ ਲਿਖਿਆ ਵੀ ਜੇ ਇਹ ਫਰਵਰੀ ਦਾ ਸਾਰਾ ਮਹੀਨਾ ਤੇ ਜਿਹੜਾ ਮਾਰਚ 15 ਤੱਕ ਡੇਢ ਮਹੀਨਾ ਇਹਨਾਂ ਨੇ ਕੁਛ ਨਹੀਂ ਕੀਤਾ ਉਹਦੇ ਕਰਕੇ ਇਹ ਬਹੁਤ ਜ਼ਿਆਦਾ ਵੱਧ ਗਿਆ ਤੇ ਇਸ ਤੋਂ ਬਾਅਦ ਵੀ ਉਹਨਾਂ ਨੇ ਇੱਕ ਹੋਰ ਬੜਾ ਇੰਟਰਸਟਿੰਗ ਰੈਵਲੇਸ਼ਨ ਕੀਤਾ ਕਿ ਇਹ ਉਹਨਾਂ ਨੇ ਕਿਹਾ ਪ੍ਰੈਜ਼ੀਡੈਂਟ ਟਰੰਪ ਨੇ ਇਹਨਾਂ ਨੂੰ ਵੀ ਮੈਂ ਬਹੁਤ ਜ਼ਿਆਦਾ ਕੌਸ਼ੀਅਸ ਹਾਂ ਇਹਦੇ ਬਾਰੇ ਵੀ ਮੈਂ ਆਪਣੀ ਬਹੁਤ ਜ਼ਿਆਦਾ ਕੇਅਰ ਰੱਖਦਾ ਤੇ ਮੈਂ ਤਾਂ ਬਹੁਤ ਜ਼ਿਆਦਾ ਮਤਲਬ ਆਪਣੇ ਜਿੱਥੇ ਮੈਂ ਆ ਮੇਰੀ ਫੈਮਿਲੀ ਆ ਮੈਂ ਫਿਕਰਮੰਦ ਹਾਂ ਇਹਦੀ ਬਹੁਤ ਜ਼ਿਆਦਾ ਕੇਅਰ ਕਰਦਾ ਤੇ ਉਹਨੇ ਕਿਹਾ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ ਵੀ ਜਿੱਥੇ ਆਪ ਇੰਨਾ ਜ਼ਿਆਦਾ ਤੁਸੀਂ ਕੇਅਰ ਕਰਦੇ ਹੋ ਤਾਂ ਲੋਕਾਂ ਨੂੰ ਕਹੀ ਜਾਂਦੇ ਕੁਛ ਨੀਗਾ ਤੇ ਉਹ ਤੇ ਦੂਸਰਾ ਉਹਨਾਂ ਨੇ ਜਿਹੜੀਆਂ ਇੰਟਰਵਿਊਸ ਕੀਤੀਆਂ ਨੇ ਇਹਨਾਂ ਦੇ ਜਨਰਲ ਮੈਟਿਸ ਨਾਲ ਜਿਹੜੇ ਕਿ ਸੈਕਟਰੀ ਆਫ ਡਿਫੈਂਸ ਸੀਗੇ ਉਹ ਵੀ ਬੜਾ ਮਿਹਨਤ ਰੱਖਦੀਆਂ ਤੇ ਜਨਰਲ ਕੈਲੀ ਨਾਲ ਉਹਦੇ ਵਿੱਚ ਜਨਰਲ ਮੈਟਿਸ ਨੇ ਵੀ ਮਤਲਬ ਕਈ ਕੁਛ ਕਿਹਾ ਜਿਹੜਾ ਕਿ ਇਹਦੇ 'ਚ ਰਿਵੀਲ ਹੋਏਗਾ ਬੁੱਕ ਦੇ ਵਿੱਚ ਹੋਰ ਵੀ ਕਾਫੀ ਕੁਛ ਹੈ ਮਤਲਬ ਬੜੀ ਇਹਦੇ 'ਚ ਕਿਉਂਕਿ ਇੱਕ ਤਾਂ ਵੱਡੀ ਗੱਲ ਇਹ ਆ ਵੀ ਉਹਨਾਂ ਦੀ ਅਥੈਂਟਿਸਿਟੀ ਜ਼ਿਆਦਾ ਹੋਣ ਕਰਕੇ ਕ੍ਰੈਡੀਬਿਲਿਟੀ ਹੋਣ ਕਰਕੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ 'ਚ ਕੋਈ ਚੀਜ਼ ਐਗਜ਼ੈਜਰੇਟਡ ਆ ਜਾਂ ਝੂਠੀ ਆ ਜਾਂ ਬਾਇਸਡ ਆ ਐਗਜ਼ੈਕਟਲੀ ਤੇ ਜਿਹੜੀ ਵੀ ਇਹਦੀ ਇੱਕ ਇੱਕ ਗੱਲ ਹੈਗੀ ਆ ਉਹ ਬਿਲਕੁਲ ਸੱਚੀ ਆ ਤੇ ਬਿਲਕੁਲ ਰਿਕਾਰਡਡ ਆ ਉਹ 'ਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਕਿਸੇ ਬੰਦੇ ਨਾਲ ਵੀ ਜਿਹੜੀ ਕਿ ਐਵੇਂ ਹੀ ਹੋਵੇ ਤੇ ਇਸ ਕਰਕੇ ਉਹ ਕੰਮ ਨੂੰ ਜਿਹੜੀ ਉਹ ਬੁੱਕ ਆ ਉਹਨੂੰ ਕੋਈ ਵੀ ਉਹਦੀ ਜਿਹੜੀ ਮਤਲਬ ਕ੍ਰੈਡੀਬਿਲਿਟੀ ਆ ਉਹਨੂੰ ਇੰਪੀਚ ਨਹੀਂ ਕਰ ਸਕਦਾ ਇਸ ਕਰਕੇ ਬੁੱਕ ਬੜੀ ਇੰਪੋਰਟੈਂਟ ਆ ਇੱਕ ਉਹਦੀ ਜਿਹੜੀ ਟਾਈਮਿੰਗ ਹੈਗੀ ਆ ਉਹ ਇਲੈਕਸ਼ਨ ਤੋਂ ਪਹਿਲਾਂ ਹੈਗੀ ਆ ਤੇ ਇਹਦਾ ਇਲੈਕਸ਼ਨ 'ਤੇ ਅਸਰ ਜ਼ਰੂਰ ਪਏਗਾ ਅੱਜ ਜਿਹੜੀ ਪੋਲ ਆਈ ਹੈ ਸ਼ਮਿਤਾ ਜੀ ਉਹਨੇ ਉਹ ਪੋਲ ਕੀਤੀ ਗਈ ਆ ਇਹ ਬੁੱਕ ਤੋਂ ਬਾਅਦ ਜਿਹੜਾ ਇਹਦਾ ਫਾਲ ਆਊਟ ਆ ਤੇ ਉਹਦੇ ਵਿੱਚ ਹੁਣ 65% ਜਿਹੜੇ ਅਮੈਰੀਕਨਸ ਨੇ ਉਹ ਬਲੀਵ ਕਰਦੇ ਨੇ ਕਿ ਪ੍ਰੈਜੀਡੈਂਟ ਟਰੰਪ ਨੇ ਕੋਵਿਡ ਨੂੰ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਤੇ ਇਹਨਾਂ ਨੇ ਉਹਨਾਂ ਨੂੰ ਇਹਨਾਂ 'ਚ ਉਹਦੇ ਬਾਰੇ ਕੋਵਿਡ ਬਾਰੇ ਕੋਈ ਕੌਨਫੀਡੈਂਸ ਨਹੀਂ ਦਿੱਤਾ 35% ਇਹਨਾਂ ਦੀ ਅਪਰੂਵਲ ਰੇਟਿੰਗ ਆ ਕੋਵਿਡ ਦੀ 65% ਇਹਨਾਂ ਦੇ ਖਿਲਾਫ ਨੇ ਜੀ ਜੀ ਜਸਪ੍ਰੀਤ ਜੀ ਮੈਨੂੰ ਯਾਦ ਹੈ ਸਾਡੀ ਗੱਲ ਕੁਝ ਮਹੀਨਿਆਂ ਪਹਿਲੇ ਹੋ ਰਹੀ ਸੀ ਬਿਫੋਰ ਜੋ ਬਾਈਡਨ ਫਾਰਮਲੀ ਕੈਂਡੀਡੇਟ ਡੈਮੋਕਰੈਟਸ ਵੱਲੋਂ ਚੁਣਿਆ ਗਿਆ ਸੀ ਉਸ ਟਾਈਮ ਤੁਸੀਂ ਮੈਨੂੰ ਇੱਕ ਬੜੀ ਵਧੀਆ ਗੱਲ ਕਹੀ ਸੀ ਮੈਨੂੰ ਅਜੇ ਵੀ ਉਹ ਯਾਦ ਹੈ ਤੁਸੀਂ ਕਿਹਾ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦਾ ਮੇਨ ਆਪਾਂ ਕਹਿ ਸਕਦੇ ਹਾਂ ਅਪੋਨੈਂਟ ਜੋ ਬਾਈਡਨ ਜਾਂ ਡੈਮੋਕਰੈਟਸ ਨਹੀਂ ਹਨ ਉਹਨਾਂ ਦਾ ਮੇਨ ਅਪੋਨੈਂਟ ਕੋਵਿਡ ਹੈ ਐਂਡ ਇਹ ਚੀਜ਼ ਬਿਲਕੁਲ ਸੱਚ ਹਲੇ ਵੀ ਦਿਸ ਰਹੀ ਹੈ ਖਾਸ ਕਰਕੇ ਉੱਥੇ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੇ ਜੋ ਮੇਨ ਸਪੋਰਟਰਸ ਹਨ ਉਹ ਰਹਿੰਦੇ ਉੱਥੇ ਹੁਣ ਕੋਵਿਡ ਜ਼ਿਆਦਾ ਅਫਲਿਕਟ ਹੋ ਰਹੀ ਹੈ ਹੁਣੇ ਇਹਨਾਂ ਨੇ ਨਵਾਡਾ ਵਿੱਚ ਇੱਕ ਵੱਡੀ ਰੈਲੀ ਉਹ ਵੀ ਇਨਡੋਰਸ ਕੀਤੀ ਉਸ ਸਟੇਟ ਦੇ ਜੋ ਆਰਡਰ ਸੀਗੇ ਉਹਦੇ ਖਿਲਾਫ ਨਵਾਡਾ ਆਈ ਥਿੰਕ ਗਵਰਨਰ ਨੇ ਵੀ ਇੱਕ ਕਾਫੀ ਸਖਤੀ ਦੀ ਸਟੇਟਮੈਂਟ ਰਿਲੀਜ਼ ਕੀਤੀ ਕਿ ਬਿਲਕੁਲ ਸੇਫ ਨਹੀਂ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਹਾਂਜੀ ਉਹਦੇ ਵਿੱਚ ਕੋਈ ਜਿਹੜੇ ਹੈਗੇ ਮਾਸਕ ਨਹੀਂ ਸੀ ਪਾਏ ਤੇ ਇਹਨਾਂ ਨੂੰ ਪੁੱਛਿਆ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਤੁਹਾਨੂੰ ਕਹਿੰਦੇ ਮੈਂ ਤਾਂ ਬਹੁਤ ਦੂਰ ਆ ਉਹਨਾਂ ਲੋਕਾਂ ਤੋਂ ਜਿਹੜੇ ਬਿਨਾਂ ਮਾਸਕ ਤੋਂ ਬੈਠੇ ਆ ਵੀ ਮੈਨੂੰ ਕੁਛ ਨਹੀਂ ਹੁੰਦਾ
ਵੀ ਚਲੋ ਉਹਨਾਂ ਨੂੰ ਤਾਂ ਕੁਛ ਨਹੀਂ ਹੁੰਦਾ ਪਰ ਜਿਹੜੇ ਮਾਸਕ ਤੋਂ ਬਿਨਾਂ ਇੱਕ ਦੂਜੇ ਦੇ ਨਾਲ ਬੈਠੇ ਉਹਨਾਂ ਨੂੰ ਤਾਂ ਹੋ ਸਕਦਾ ਨਾ ਜਿਹੜੇ ਲੋਕਾਂ 'ਚ ਬੈਠੇ ਆ ਤੁਹਾਨੂੰ ਬਿਨਾਂ ਮਾਸਕ ਤੋਂ ਇਨਡੋਰ ਤੇ ਉਹ ਤਾਂ ਜਿਹੜੀ ਹੈਗੀ ਆ ਮਤਲਬ ਬਹੁਤ ਜ਼ਿਆਦਾ ਇਹ ਗੱਲ ਜਿਹੜੀ ਆ ਜੋ ਅੱਜ ਕੱਲ੍ਹ ਜਿਹੜੀਆਂ ਇੰਸਟਰਕਸ਼ਨ ਨੇ CDC ਦੀਆਂ ਜਾਂ ਇਹਨਾਂ ਦੀਆਂ ਆਪਣੇ ਹੀ ਜਿਹੜੇ ਹੈਗੇ ਸਰਕਾਰ ਦੇ ਡਿਪਾਰਟਮੈਂਟਾਂ ਦੀਆਂ ਵੀ ਤੁਸੀਂ ਮਾਸਕ ਪਾਓ 6 ਫੁੱਟ ਦੀ ਦੂਰੀ ਰੱਖੋ ਇਨਡੋਰ 50 ਤੋਂ ਵੱਧ ਬੰਦੇ ਇਕੱਠੇ ਨਾ ਹੋ ਉਹ ਸਾਰਿਆਂ ਦੇ ਅਗੇਂਸਟ ਤੇ ਹੈਗਾ ਤੇ ਇਸ ਕਰਕੇ ਉਹ ਜਦੋਂ ਇੱਦਾਂ ਦਾ ਹੁਣ ਪਿੱਛੇ ਦੇਖੋ ਇੱਕ ਖਬਰ ਆਈ ਆ ਕਿ ਮੇਨ ਦੇ ਵਿੱਚ ਜਿਹੜੀ ਮੇਨ ਸਟੇਟ ਆ ਇੱਥੇ ਤੁਹਾਡੇ ਨਾਰਥ ਈਸਟ ਦੇ ਵਿੱਚ ਉਹਦੇ 'ਚ ਕੋਈ ਮੈਰਿਜ ਹੋਈ ਤੇ ਇੱਕ ਵਿਆਹ ਤੇ ਪਤਾ ਨਹੀਂ ਕਿੰਨੇ ਬੰਦੇ ਇਨਡੋਰ ਇਕੱਠੇ ਹੋਏ ਉਹਦੇ ਵਿੱਚੋਂ 7 ਬੰਦੇ ਤਾਂ ਮਰ ਵੀ ਗਏ ਆਲਰੇਡੀ ਕੋਵਿਡ ਨਾਲ ਪਤਾ ਨਹੀਂ ਕਿੰਨਿਆਂ ਨੂੰ ਕੋਵਿਡ ਹੋਇਆ ਉਹਨਾਂ 'ਚ ਤੇ ਉਸ ਕਰਕੇ ਉਹ ਤਾਂ ਹੁਣ ਜਿਹੜਾ ਇਹ ਤਾਂ ਮਤਲਬ ਸ਼ੁਰੂ ਤੋਂ ਹੀ ਕਹਿ ਰਹੇ ਨੇ ਜਿਹੜੇ ਹੈਗੇ ਡਾਕਟਰ ਫੌਜੀ ਤੇ ਦੂਜੇ ਸਾਰੇ ਵੀ ਇੱਕ ਹੋਰ ਗੱਲ ਬੜੀ ਇੰਟਰਸਟਿੰਗ ਹੋਈ ਪਿਛਲੇ ਹਫ਼ਤੇ ਡਾਕਟਰ ਫੌਜੀ ਨੇ ਕਿਹਾ ਜਿਹੜੇ CDC ਦੇ ਹੈੱਡ ਨੇ ਵੀ ਮੈਂ ਇਹ ਗੱਲਾਂ ਸਹਿਮਤ ਨਹੀਂ ਹੈਗਾ ਵੀ ਜਿਹੜਾ ਇਹਨਾਂ ਨੇ ਡਾਊਨ ਪਲੇ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਇਹਨਾਂ ਨੇ ਕਿਹਾ ਵੀ ਇਹ ਕੋਈ ਏਡੀ ਖਾਸ ਗੱਲ ਨਹੀਂ ਉਹ ਕਹਿੰਦੇ ਵੀ ਗਲਤ ਆ ਲੋਕਾਂ ਨੂੰ ਸਹੀ ਦੱਸਣੀ ਚਾਹੀਦੀ ਬਹੁਤ ਖਤਰਨਾਕ ਬਿਮਾਰੀ ਅਜੇ ਵੀ ਖਤਰਨਾਕ ਆ ਤੇ ਇਹ ਫਲੂ ਦੇ ਵਿੱਚ ਜਿਹੜਾ ਸੀਜ਼ਨ ਸ਼ੁਰੂ ਹੋਊਗਾ ਹੁਣ ਇਹਦੇ ਵਿੱਚ ਹੋਰ ਜ਼ਿਆਦਾ ਖਤਰਨਾਕ ਹੋਊਗੀ ਉਹਨਾਂ ਨੇ ਤਾਂ ਕਿਹਾ ਵੀ ਜਿਹੜਾ ਰੇਟ ਹੈਗਾ ਅਮਰੀਕਾ ਦੇ ਵਿੱਚ ਇਨਫੈਕਸ਼ਨ ਦਾ ਉਹ 10,000 ਤੋਂ ਘੱਟ ਚਾਹੀਦਾ ਹੁਣ ਰੇਟ ਅੱਗੇ ਨਾਲੋਂ ਤਾਂ ਘਟਿਆ ਵੈਸੇ ਅੱਗੇ ਤਾਂ 50-60,000 ਸੀ ਹੁਣ 35-40 ਦਾ 35 ਦਾ ਪਰ ਫਿਰ ਵੀ ਉਹ ਕਹਿੰਦੇ ਬਹੁਤ ਜ਼ਿਆਦਾ ਤੇ ਇੱਕ ਹੋਰ ਸਟੱਡੀ ਆਈ ਹੈ ਸ਼ਮਿਤਾ ਜੀ ਉਹ 'ਚ ਉਹਨਾਂ ਨੇ ਯੂਟਾ 'ਚ ਸਟੱਡੀ ਕੀਤੀ ਆ ਪਿਛਲੇ ਵੀਕ ਉਹਨਾਂ ਨੇ ਕਿਹਾ ਵੀ ਬੱਚੇ ਜਿਹੜੇ ਲੋਕਾਂ ਨੇ ਡੇ ਕੇਅਰ ਛੱਡੇ ਸੀਗੇ ਆਪਣੇ ਤੇ ਕੰਮਾਂ ਤੇ ਗਏ ਸੀ ਉਹ ਡੇ ਕੇਅਰ ਦੇ ਵਿੱਚ 4-6 ਮਹੀਨੇ ਦੇ ਬੱਚੇ ਤੋਂ ਲੈ ਕੇ 16 ਸਾਲ ਦੇ ਬੱਚਿਆਂ ਤੱਕ ਜਿਹੜਾ ਕੋਵਿਡ ਹੋਇਆ ਤੇ ਬੱਚੇ ਤਾਂ ਜ਼ਿਆਦਾ ਬਿਮਾਰ ਨਹੀਂ ਹੋਏ ਪਰ ਉਹਨਾਂ ਨੇ ਆਪਣੇ ਪੇਰੈਂਟਸ ਬਿਮਾਰ ਕਰਤੇ ਤੇ ਕਈ ਪੇਰੈਂਟ ਤਾਂ ਜਿਹੜੇ ICU 'ਚ ਰਹਿ ਕੇ ਆਏ ਆ ਸੋ ਬੱਚੇ ਕੈਰੀਅਰ ਬਣ ਜਾਂਦੇ ਨੇ ਇਹਦੇ ਜੀ ਇਹਦੇ ਸੋ ਇਸ ਕਰਕੇ ਇਸੇ ਕਰਕੇ ਜਿੰਨੇ ਵੀ ਆ ਕਾਲਜ ਯੂਨੀਵਰਸਿਟੀ ਜਿਹੜੀਆਂ ਖੁੱਲੀਆਂ ਨੇ ਜਾਂ ਕਾਲਜ ਖੁੱਲੇ ਨੇ ਸਕੂਲ ਖੁੱਲੇ ਆ ਇਨ ਪਰਸਨ ਉਹਨਾਂ 'ਚ ਕੋਵਿਡ ਆਇਆ ਤੇ ਉਹਨਾਂ ਨੂੰ ਸਾਰਿਆਂ ਨੂੰ ਮੁੜ ਕੇ ਜਾਂ ਕੁਆਰੰਟੀਨ ਕਰਨਾ ਪਿਆ ਜਾਂ ਬੰਦ ਕਰਨਾ ਪਿਆ ਕਿਉਂਕਿ ਬੱਚੇ ਜਿਹੜੇ ਨੇ ਉਹ ਵੀ ਕੈਰੀਅਰ ਬਣ ਜਾਂਦੇ ਨੇ ਸੋ ਇਹ ਕਹਿ ਰਹੀ ਐਡਮਿਨਿਸਟ੍ਰੇਸ਼ਨ ਵੀ ਬੱਚਿਆਂ ਨੂੰ ਕੁਛ ਨਹੀਂ ਹੁੰਦਾ ਉਹ ਵੀ ਗੱਲ ਗਲਤ ਹੈਗੀ ਆ ਕਿ ਬੱਚਿਆਂ ਨੂੰ ਵੀ ਮਤਲਬ ਖਤਰਾ ਹੈਗਾ ਪਰ ਜੇ ਬੱਚਿਆਂ ਨੂੰ ਜ਼ਿਆਦਾ ਇਨਫੈਕਸ਼ਨ ਨਾ ਹੋਵੇ ਤਾਂ ਗਾਂ ਉਹ ਅੱਗੇ ਕਰ ਸਕਦੇ ਨੇ ਆਪਣੇ ਪੇਰੈਂਟਸ ਨੂੰ ਕਰ ਸਕਦੇ ਆ ਗ੍ਰੈਂਡ ਪੇਰੈਂਟਸ ਨੂੰ ਕਰ ਸਕਦੇ ਆ ਟੀਚਰਸ ਨੂੰ ਕਰ ਸਕਦੇ ਆ ਕੇਅਰ ਗਿਵਰਸ ਨੂੰ ਕਰ ਸਕਦੇ ਆ ਸੋ ਇਸ ਕਰਕੇ ਜਿਹੜੀ ਕੋਵਿਡ ਦੀ ਹੈਂਡਲਿੰਗ ਆ ਇਹ ਸਰਕਾਰ ਦੀ ਉਹਨੂੰ ਜਿਹੜੀ ਬੌਬ ਵੁੱਡਵਰਡ ਦੀ ਕਿਤਾਬ ਹੈ ਰੇਜ ਉਹਨੇ ਜ਼ਿਆਦਾ ਸੱਟ ਮਾਰੀ ਹੈ ਜਿਵੇਂ ਅੱਗੇ ਲੋਕਾਂ ਨੂੰ ਸੀਗਾ ਕਿ ਠੀਕ ਹੈਂਡਲ ਨਹੀਂ ਹੋਇਆ ਉਹ ਗੱਲ ਨੇ ਮੋਹਰ ਲਾ ਦਿੱਤੀ ਉਹਦੇ ਉੱਤੇ ਤੇ ਇਹ ਜਿਹੜਾ ਕੋਵਿਡ ਆ ਇਹ ਬਹੁਤ ਵੱਡਾ ਇਸ਼ੂ ਆ ਕਿਉਂਕਿ ਉਹਦਾ ਰੀਜ਼ਨ ਆ ਕਿ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਜਿਹੜੀ ਅੱਜ ਅਮਰੀਕਾ ਦੇ ਵਿੱਚ ਸਾਰੇ ਸਿਨੇਮੇ ਬੰਦ ਨੇ ਜਾਂ ਜਿਹੜੇ ਡਿਜ਼ਨੀ ਵਰਲਡ ਜਾਂ ਡਿਜ਼ਨੀ ਲੈਂਡ ਆ ਉੱਥੇ ਲੋਕ ਨਹੀਂ ਜਾ ਰਹੇ ਏਅਰਪਲੇਨਾਂ ਦੇ ਜਿਹੜੀਆਂ ਫਲਾਈਟ ਦੇ ਵਿੱਚ ਲੋਕ ਨਹੀਂ ਜਾ ਰਹੇ ਠੀਕ ਆ ਹੋਟਲ ਇੰਡਸਟਰੀ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਮੌਲਾਂ ਦੇ ਵਿੱਚ ਜਿੰਨੇ ਵੀ ਇਨਡੋਰ ਰੈਸਟੋਰੈਂਟਸ ਨੇ ਆਪਣੇ ਇੰਡੀਅਨ ਰੈਸਟੋਰੈਂਟਾਂ ਦਾ ਕਿੰਨਾ ਬੁਰਾ ਹਾਲ ਆ ਆਲ ਅਕ੍ਰੋਸ ਤੇ ਉਹ ਰੋਂਦੇ ਹੀ ਜਿੰਨੇ ਵੀ ਇੰਡੀਅਨ ਰੈਸਟੋਰੈਂਟ ਵਾਲੇ ਵਿਚਾਰੇ ਕੋਈ ਟੇਕ ਆਊਟ ਦੇ ਸਿਰ ਤੇ ਕੰਮ ਚੱਲਦਾ ਬਾਕੀ ਜਿਹੜੇ ਹੋਰ ਚੇਨਸ ਨੇ ਇਨਡੋਰ ਉਹ ਸਾਰੀਆਂ ਦਾ ਨੁਕਸਾਨ ਹੋਇਆ ਉਹ ਸਾਰਾ ਕੋਵਿਡ ਨਾਲ ਰਿਲੇਟਡ ਆ ਜਿੰਨੀ ਅਨਇੰਪਲੋਇਮੈਂਟ ਆ 2 ਲੱਖ ਦੇ ਕਰੀਬ ਹੁਣ ਜਿਹੜੀਆਂ ਮੌਤਾਂ ਉਹਨਾਂ ਨੇ 190 ਤੋਂ ਉੱਪਰ ਹੋ ਗਈਆਂ ਉਹ ਤੋਂ ਬਾਅਦ 6.5 ਮਿਲੀਅਨ ਤੋਂ ਉੱਪਰ ਕੇਸ ਹੋ ਗਏ 1,90,000 ਤੋਂ ਉੱਤੇ ਬੰਦੇ ਮਰ ਗਏ ਸਾਰਾ ਇਹਦੇ ਨਾਲ ਰਿਲੇਟਡ ਆ ਹਰ ਬੰਦੇ ਦੀ ਜ਼ਿੰਦਗੀ ਇਫੈਕਟ ਹੋਈ ਹੈ ਇਹਦੇ ਨਾਲ ਤੇ ਇਸ ਤੋਂ ਵੱਡਾ ਹੋਰ ਇਸ਼ੂ ਕਿਹੜਾ ਹੋ ਸਕਦਾ ਇਹੀ ਨੰਬਰ 1 ਇਸ਼ੂ ਆ ਇੱਕ ਤੁਸੀਂ ਇਹ ਵੀ ਆਰਗਿਊ ਕਰ ਸਕਦੇ ਹੋ ਜੋ ਪੂਰੇ ਕੰਟਰੀ ਦੇ ਵਿੱਚ ਇੰਨੀ ਜ਼ਿਆਦਾ ਸਿਵਲ ਅਨਰੈਸਟ ਪ੍ਰੋਟੈਸਟ ਇਸ ਤਰ੍ਹਾਂ ਦੀ ਚੀਜ਼ਾਂ ਵਾਇਲੈਂਸ ਰਾਈਟਿੰਗ ਲੂਟਿੰਗ ਸਾਨੂੰ ਵੇਖਣ ਨੂੰ ਮਿਲ ਰਹੀ ਇਹ ਵੀ ਰਿਲੇਟਡ ਹੈ ਲੋਕੀ ਇੰਨੀ ਜ਼ਿਆਦਾ ਜਿੱਦਾਂ ਕਹਿੰਦੇ ਰਿਵੋਲਟ ਕਰ ਰਹੇ ਹੈ ਇਨ ਕੰਡੀਸ਼ਨਸ ਦੇ ਨਾਲ ਦੈਟ ਉਹ ਲਿਟਰਲੀ ਸੜਕਾਂ 'ਤੇ ਆ ਕੇ ਆਪਣੀ ਗਵਰਨਮੈਂਟ ਆਪਣੇ ਲੀਡਰਸ ਦੇ ਖਿਲਾਫ਼ ਪ੍ਰੋਟੈਸਟ ਕਰ ਰਹੇ ਹੈ ਸੋ ਇਹ ਸਾਰੀ ਚੀਜ਼ਾਂ ਡੈਫੀਨੇਟਲੀ ਰਿਲੇਟਡ ਹਨ ਜਸਪ੍ਰੀਤ ਜੀ ਥੈਂਕ ਯੂ ਸੋ ਮੱਚ ਜੀ ਸਾਡੇ ਨਾਲ ਜੁੜੇ ਇਸ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਮਿਸ ਕਰਤਾ ਇਹਦਾ ਰਿਪੀਟ ਤੁਸੀਂ ਸ਼ਾਮ ਨੂੰ ਜ਼ਰੂਰ ਵੇਖ ਸਕਦੇ ਹੋ ਜਸ ਪੰਜਾਬੀ 'ਤੇ ਈਸਟਰਨ ਟਾਈਮ 12:30 ਪੈਸੀਫਿਕ ਟਾਈਮ 9:30 ਅੱਜ ਸ਼ਾਮ ਨੂੰ ਅਤੇ ਆਫਕੋਰਸ ਸੋਸ਼ਲ ਮੀਡੀਆ 'ਤੇ ਇਹ ਐਪੀਸੋਡ ਤੁਹਾਨੂੰ ਮਿਲੇਗਾ ਜ਼ਰੂਰ ਜਸਪ੍ਰੀਤ ਜੀ ਅਗਲੇ ਹਫ਼ਤੇ ਇਸ ਤਰ੍ਹਾਂ ਪ੍ਰੋਗਰਾਮ ਜਾਰੀ ਰੱਖਾਂਗੇ ਗੱਲ ਲਾਈਵ ਤੁਹਾਡੇ ਨਾਲ ਬਟ ਹੁਣੇ ਹੋਪ ਯੂ ਹੈਵ ਅ ਗੁੱਡ ਰੈਸਟ ਆਫ ਦ ਵੀਕ ਹੈਵ ਅ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਮੈਂ ਵਿਊਜ਼ ਨਾਲ ਚਾਹੁੰਦੀ ਹਾਂ ਤੁਸੀਂ ਸਾਡੇ ਲਈ ਕੋਈ ਲੀਗਲ ਤੌਰ 'ਤੇ ਕੋਈ ਕੁਐਸਚਨਸ ਕਮੈਂਟਸ ਕੰਸਰਨ ਰੱਖਣਾ ਚਾਹੁੰਦੇ ਤੁਸੀਂ ਜ਼ਰੂਰ ਸਾਨੂੰ ਵੀ ਕੋਂਟੈਕਟ ਕਰ ਸਕਦੇ ਹੋ info@justbroadcasting.com ashmita@justbroadcasting.com ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ